ਇੰਜੇ ਮੈਂ ਬੈਠੇ ਆ ਸਾਂ ਜੀ ਤੇ ਇੱਕ ਮਾੜੀ ਜਿਹੀ ਮੈਨੂੰ ਕਹਾਣੀ ਆ ਗਈ ਜੀ ਯਾਦ। ਜਦੋਂ ਦਰਖਤ ਲਗਾਏ ਗਏ ਸਨ ਜੀ ਦਰਖਤ, ਤੇ ਦਰਖਤਾਂ ਦਾ ਆਪਸ 'ਚ ਨਾ ਬਹੁਤ ਜ਼ਿਆਦਾ ਇਤਫਾਕ ਸੀ, ਤੇ ਦਰਖਤਾਂ ਆਖਿਆ ਕਿ ਸਾਨੂੰ ਨਾ ਕੋਈ ਬੰਦਾ ਵੀ ਜਿਹੜਾ ਨਾ ਜੀ ਉਹ ਖਤਮ ਨਹੀਂ ਕਰ ਸਕਦਾ। ਤੇ ਕੁਛ ਦਿਨ ਲੰਘੇ ਤੇ ਇੱਕ ਦਰਖਤ ਨੇ ਆਖਿਆ ਕਿ ਲੁਹਾਰ ਨੇ ਨਾ ਕੁਹਾੜਾ ਤਿਆਰ ਕੀਤਾ ਸਾਨੂੰ ਨਾ ਵੱਢਣੇ ਵਾਸਤੇ। ਉਹਨੇ ਆਖਿਆ, ਦੂਜਿਆਂ ਦਰਖਤਾਂ ਨੇ ਜਵਾਬ ਦਿੱਤਾ, ਜਿਹੜਾ ਉਹਨਾਂ ਦਾ ਸਰਦਾਰ ਦਰਖਤ ਸੀ ਨਾ ਉਹਨੇ ਜਵਾਬ ਦਿੱਤਾ ਕਿ ਲੁਹਾਰ ਕੁਹਾੜਾ ਛੱਡ ਕੇ ਤਾਂ ਭਾਵੇਂ ਆਰਾ ਵੀ ਬਣਾ ਲੈਣ ਤਾਂ ਸਾਡਾ ਕੋਈ ਨਹੀਂ ਵਿਗਾੜ ਸਕਦਾ। ਉਹ ਜਿਸ ਦਰਖਤ ਨੇ ਵੇਖਿਆ ਸੀ ਨਾ ਜੀ ਉਹਨੂੰ ਕੁਹਾੜਾ ਬਣਾਉਂਦਿਆਂ, ਉਹਨੇ ਆਖਿਆ ਉਹ ਤਾਂ ਭਾਈਆ ਤੇਰੀ ਗੱਲ ਠੀਕ ਹੈ ਕਿ ਉਹ ਸਾਡਾ ਕੁਝ ਵੀ ਨਹੀਂ ਵਿਗਾੜ ਸਕਦਾ, ਮਗਰ ਉਹ ਜਿਹੜਾ ਉਹਨੇ ਕੁਹਾੜਾ ਬਣਾਇਆ ਨਾ ਉਹਦੇ ਵਿੱਚ ਜਿਹੜਾ ਦਸਤਾ ਉਹਨੇ ਪਾਇਆ ਨਾ ਉਹ ਕੁਛ ਸਾਡੇ ਹੀ ਭਰਾ ਦਾ ਪਿਆ। ਉਹਨੇ ਆਖਿਆ ਮਰਦੇ ਤਾਂ ਨਹੀਂ ਸਾ ਸੀ, ਮਗਰ ਇਹ ਕਿ ਭਰਾ ਨੇ ਮਰਵਾਇਆ, ਕਿਉਂਕਿ ਉਹ ਜਿਹੜਾ ਉਹਦੇ ਵਿੱਚ ਦਸਤਾ ਪੈ ਗਿਆ ਉਹ ਲੱਕੜ ਦਾ ਸਾਡੇ ਹੀ ਹੈ ਅਤੇ ਉਹਨੇ ਸਾਨੂੰ ਵੱਢ ਛੱਡਣਾ। ਅਤੇ ਗੱਲ ਇਹ ਕਿ ਜਿਹੜਾ ਜੰਗਲੀ ਤੂਤ ਹੈ ਨਾ ਜੀ, ਇਹ ਜਿੰਨਾ ਦਿਲ ਹੈ ਤੁਸੀਂ ਵੱਢ ਲਓ ਕੱਟ ਲਓ ਇਹ ਮੁੱਕਦਾ ਨਹੀਂ ਜੀ। ਮਗਰ ਮੈਂ ਵੀ ਇਸ ਕਹਾਣੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿੱਥੇ ਜਿੱਥੇ ਮੁੰਡ ਸਨ ਇਹਦੇ ਜੰਗਲੀ ਤੂਤ ਦੇ, ਉਹਨਾਂ ਦੇ ਉੱਤੇ ਹੀ ਮੈਂ ਇਹਦੀ ਜਿਹੜੀ ਹੈ ਨਾ ਜੀ ਛਮਕ ਪੱਤਰ ਉਹ ਸਾਰੇ ਇਹਦੇ ਉੱਤੇ ਹੀ ਜੜਵਾ ਰਿਹਾ ਜੀ। ਇਹ ਮਰਦਾ ਤਾਂ ਨਹੀਂ ਸੀ, ਮਗਰ ਹੁਣ ਇਹ ਗੱਲ ਹੈ ਕਿ ਇਹ ਮਰੇਗਾ ਜਦੋਂ ਇਹ ਸੁੱਕਣਗੇ ਨਾ, ਅਤੇ ਇਹ ਅੱਗ ਲਾਵਾਂਗਾ ਤਾਂ ਫਿਰ ਇਹਦੇ ਮੁੰਡ ਸੜ ਜਾਣ ਦੇ ਜੀ। ਇਹ ਸਾਡੇ ਕੋਲ ਨਹੀਂ ਸੀ ਮਰਦਾ, ਮਗਰ ਇਹਦੇ ਆਪਣੇ ਹੀ ਇਹਨੂੰ ਮਾਰਨ ਦੇ, ਅਤੇ ਲਿਹਾਜ਼ਾ ਅਗਲੀ ਗੱਲ ਤੁਸੀਂ ਫਿਰ ਸਮਝ ਹੀ ਗਏ ਹੋਵੋਦੇ ਨਾ ਕਿ ਬੰਦਾ ਮਰਦਾ ਨਹੀਂ ਜਦੋਂ ਮਰਵਾਉਂਦੇ ਨੇ, ਹਮੇਸ਼ਾ ਆਪਣੇ ਹੀ ਮਰਵਾਉਂਦੇ ਨੇ। ਅਤੇ ਚਲੋ ਅਸੀਂ ਨਾਲ ਨਾਲ ਜਨਾਬ ਕੰਮ ਵੀ ਕਰਨੇ ਆ, ਅਗਰ ਕਿਸੇ ਭਰਾ ਨੂੰ ਕਹਾਣੀ ਬੁਰੀ ਲਿਖੀ ਹੋਵੇ ਤਾਂ ਜਨਾਬ ਸੋਰੀ। ਦੇ ਸਕਦੇ ਜਨਾਬ ਮਨਾਜ਼ਰ, ਜ਼ਿਮੀਂਦਾਰੀ ਦਾ ਕੰਮ ਕਿੰਨਾ ਕੁ ਸੌਖਾ ਜੀ। ਨਹੀਂ ਚਲੋ ਜੀ, ਜ਼ਾਨ ਹੋ ਰਹੀ ਹੈ ਜੀ, ਤੁਹਾਨੂੰ ਬਸ ਇੱਕ ਵਿਊ ਦੇਣਾ ਸੀ ਕਿੰਨਾ ਕੁ ਆਸਾਨ ਕੰਮ ਹੈ ਜੀ। ਖਾਨ ਸਾਹਿਬ ਲੈ ਕੇ ਆ ਰਹੇ ਨੇ ਜੀ, ਇਹ ਤਕਰੀਬਨ ਮੰਨਦਾ ਜੀ ਜਿਹੜਾ ਮੋਸ ਨੇ ਚੁੱਕਿਆ। ਬਿਸਮਿਲਲਾਹਿ ਰਹਿਮਾਨਿ ਰਹੀਮ, ਅਸਲਾਮੁ ਅਲੈਕੁਮ, ਯਾ ਇਲੀ ਆਖਿਆ। ਮੇਰੇ ਜਿੰਨੇ ਵੀ ਦੋਸਤ ਨੇ ਉਮੀਦ ਕਰਨਾ ਸਾਰੇ ਹੈਰੋਸੀਅਤ ਨਾਲ ਹੋਣਗੇ, ਅਤੇ ਅਸੀਂ ਜਨਾਬ ਅੱਜ ਆਏ ਹਾਂ ਕਣਕ ਬੀਜਣ, ਅਤੇ ਨਾਲ ਆ ਜਿਹੜਾ ਬੰਨਿਆਂ ਦੇ ਉੱਤੇ ਦਰਖਤ ਨੇ ਨਾ ਇਹਨਾਂ ਦੀ ਸਫਾਈ ਕਰਨ ਦੀ। ਅਤੇ ਆਏ ਨੇ ਜਨਾਬ ਦੋਸਤ ਭਾਵ ਸਾਰੇ ਆਏ ਨਾਲ, ਅਤੇ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਕਿ ਕਿਉਂਕਿ ਥੱਲੇ ਉਹਦੀ ਟਰੈਕਟਰ ਨਹੀਂ ਜੀ ਲੰਘ ਸਕਦਾ, ਜਿੰਨਾ ਕਿ ਆ ਦਰਖਤਾਂ ਨੇ ਨਾ ਉੱਤੇ ਜੰਗਲ ਬਣਾਏ ਆ ਨਾ ਜੀ। ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਕਿ ਥੱਲਿਓ ਦੀ ਟਰੈਕਟਰ ਜਿਹੜਾ ਉਹ ਨਹੀਂ ਗੁਜ਼ਰ ਸਕਦਾ, ਅਤੇ ਬੀਜਣ ਆਇਆ ਜੀ ਅਸੀਂ ਕਦਮ ਅੱਜ ਜੀ। ਅਤੇ ਇਨਸ਼ਾਅੱਲਾ ਤਾਲਾ ਅੱਜ ਦੀ ਜਿੰਨੀ ਵੀ ਐਕਟੀਵਿਟੀ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਅਤੇ ਦੂਸਰੇ ਨੰਬਰ 'ਤੇ ਅੱਜ ਜਿੱਥੇ ਅਸੀਂ ਕਣਕ ਬੀਜਣ ਲੱਗੇ ਯਾਰ ਜੀ, ਇਹ ਜ਼ਮੀਨ ਸਿਆਲਕੋਟ ਨੂੰ ਖਾਰੀਆਂ ਮੋਟਰ ਦੇ ਵਿੱਚ ਵੀ ਜਾਈ ਹੈ ਜੀ। ਅਤੇ ਵੇਖੋ ਕਣਕ 'ਤੇ ਅਸੀਂ ਬੀਜ ਛੱਡਣ ਲੱਗੇ ਹਾਂ, ਹੁਣ ਵੇਹਨੇ ਹਾਂ ਕਿ ਇਹ ਜਿਹੜੀ ਗੰਦਮ ਅਸੀਂ ਲਾਉਣੀ ਹੈ ਇਹ ਬਚਦੀ ਹੈ ਜਾਂ ਮੋਟਰ ਵੇ ਬਣ ਜਾਂਦੀ ਹੈ ਜੀ। ਅਤੇ ਨਾਲ ਨਾਲ ਤੁਹਾਨੂੰ ਇਹ ਵੀ ਵਿਖਾਉਂਦੇ ਹਾਂ ਕਿ ਦਰਖਤ ਕੱਟ ਰਿਹਾ ਸੀ ਜਨਾਬ, ਇੱਕ ਛੋਟਾ ਜਿਹਾ ਕੱਟਰ ਹੈ ਅਤੇ ਉਹ ਤਬਾਹੀ ਕਰੀ ਜਾਂਦਾ ਨਾ ਪਿਆ ਇਹ ਜਿੰਨੇ ਵੀ ਇੱਥੇ ਪੌਦੇ ਨੇ ਜੀ ਉਹਨਾਂ ਦੇ। ਅਤੇ ਅੱਜ ਇਨਸ਼ਾਅੱਲਾ ਤਾਲਾ ਤੁਹਾਨੂੰ ਸਾਰਾ ਵਿਊ ਦਿੰਦੇ ਹਾਂ ਜੀ। ਅੱਜ ਅਸੀਂ ਆਏ ਹਾਂ ਜੀ ਆਪਣੀ ਗੰਦਮ ਬੀਜਣ ਲਈ। ਇਹ ਸਿਆਲਕੋਟ ਤੋਂ ਆਈ ਹੈ ਜੀ ਟੀਮ, ਅਤੇ ਕੱਟਣ ਦੇ ਨਾਲ ਬਹੁਤ ਜ਼ਿਆਦਾ ਜੰਗਲ ਬਣ ਗਏ ਆ ਅਸੀਂ ਜੀ ਇੱਥੇ। ਇਹਨੂੰ ਜੰਗਲੀ ਤੂਤ ਆਉਂਦੇ ਨੇ ਜੀ, ਨਾ ਤਾਂ ਇਹਦਾ ਬਾਲਣ ਕਿਸੇ ਕੰਮ ਹੈ, ਅਤੇ ਕੁਝ ਵੀ ਜ਼ਮੀਨ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਛਾਂ ਹੋ ਗਈ ਸੀ ਇਹਦੀ ਵਜ੍ਹਾ ਤੋਂ। ਅਤੇ ਤੁਸੀਂ ਵੇਖ ਸਕਦੇ ਹੋ ਮੁਲਾਜ਼ਮ ਸਾਰਾ ਜੰਗਲ ਹੀ ਸੀ, ਜਿਹੜਾ ਟਰੈਕਟਰ ਸੀ ਹਲ ਵੀ ਸਹੀ ਤਰੀਕੇ ਨਾਲ ਜਿਹੜੀ ਸੀ ਨਾ ਥੱਲੇ ਉਹ ਵੀ ਨਹੀਂ ਸੀ ਚਲਾਈ ਜਾ ਸਕਦੀ। ਅਤੇ ਇਨਸ਼ਾਅੱਲਾ ਤਾਲਾ ਇਹਦੀ ਕਟਾਈ ਅਤੇ ਅੱਜ ਗੰਦਮ ਬੀਜਣ ਲੱਗੇ ਆ, ਇਨਸ਼ਾਅੱਲਾ ਤਾਲਾ ਮੁਕੰਮਲ ਜਿਹੜਾ ਨਾ ਜੀ ਗੰਦਮ ਬੀਜਣੇ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਜੀ ਇਨਸ਼ਾਅੱਲਾ ਜੀ। ਅਤੇ ਮਜ਼ੀਦ ਨਾਲ ਨਾਲ ਜਿਹੜੀ ਸਾਡੀ ਥੋੜ੍ਹੀ ਬਹੁਤ ਜਿਹੜੀ ਐਕਟੀਵਿਟੀ ਹੈ ਸਾਡਾ ਜਿਹੜਾ ਕੰਮ ਕੰਪਲੀਟ ਹੁੰਦਾ ਜਾਂਦਾ ਉਹਦੇ ਵੀ ਸ਼ਾਰਟ ਤੁਹਾਨੂੰ ਦੇ ਦਿੱਤੇ ਜਾਂਦੇ ਨੇ ਜੀ। ਅਤੇ ਦੁਆਵਾਂ 'ਚ ਯਾਦ ਰੱਖਿਓ ਜੀ, ਅਤੇ ਜਿੰਨੇ ਵੀ ਮੇਰੇ ਭੈਣ ਭਾਈ ਮੈਨੂੰ ਵੇਖਣੇ ਆਏ ਨੇ ਅੱਲਾਹ ਤਾਲਾ ਸਾਰਿਆਂ 'ਤੇ ਆਪਣਾ ਕਰਮ ਕਰੇ,
फजल करे जी जिथे जिथे भी तुसी रहंदे हो जी करे जी एस यार जी ते सफाई हो गई है जी माशाल्लाह तुसी देख सकते हो नाजर जी माशाल्लाह बकाया ओ साइड रह गई है सारी अल्हम्दुलिल्लाह जी ए ते काम हो गया जी ना मुकम्मल तुसी देख सकते हो जंगल दा बन गया मंगल ए तुसी चेक कर लो जी बकरी का दुध फ्रैश दुध जनाब पीन लगे हैं ये भी थोड़े शेयर करने हैं जी माशाल्लाह बहुत ही अच्छी बकरी है साढ़े लंबरदार साहब की जी माशाल्लाह इधर वहाओ जी झग भी निकला लगा लंबर हो रहा ना पता काम देखियो मेरे के मेरा ओ नहीं जी फड़ी कमाल विलेज च रहने दे जी ए फायदे ते आ रहे ना जी फ्रेश दूध जंगल च मंगल भी हो जांदा जी माशाल्लाह माशियों का जनाब लगे उत्ते पखा भी जी वेखो माशाल्लाह इन्हें किस तरह किस तरीके अल्लाह की कुदरत ने इन्हें सिथा बनाया होना जी माशियों ने जी वेखो जी दूसरा काम हो गया जी कंप्लीट हूँ काम हो गया शुरू जी बीज आला जी कणक बीजने वाला जोड़ा काम है शुरू हो गया इनू कंघी हाल लाते ने जी तो जरा ट्रैक्टर तवे आला जी लेट हो जाइए तो मैं चलो थोड़े ना थोड़ा बहुत जी अवाइज सिलसिले जो सिस्टम है ये शेयर कर दें जी क्या ही नाल टीम खलोती है अपनी निशिश्त ते इन्हें भी अपना काम वहाना है जी लीला जी दूसरा स्टेप शुरू हो गया जी इन्होंने बीज ही सटने जी ए जेडे जी ने ते दो ट्रैक्टर शुरू हो गए ने क्योंकि टाइम थोड़ा ही रह गया जी तकरीबन तकरीबन 3:01 हो गया जी उधर दौर दौर तव्या की हो गई दो दो बारी तवे जी ते ऐ हुण उत्ते एक बारी जिहड़ी कंघी है कंघी हाल जी ते उस तों बाद इहदे उत्ते बीज जी ते बीज तों बाद फिर एक बारी कंघी हाल ते फिर पट जी हुण जी हो गया टाइम खाने का जी बिरयानी नाल चार ते ऐ जनाब सारी कमीना जिहड़ी है बैठी है जी जिन्हें भी जने काम करने वाले ने लास्ट प्रोसैस शुरू हो गया जी तुम वेख सकते हो जी के बीज ते खाद जनाब खिलारी जा रही है जी ए ओ गंदम लाई जा रही है जनाब जिदी रोटी बना के जनाब खाई जाती है मैदा भी ए बनता जी सूजी भी एदी बनती है जी तुसी की खिला रहे हो जनाब खाद ए भाई जी जनाब खाद खिला रहे हैं जी
ਉਹ ਜਿਹੜੇ ਦੋ ਜਵਾਨ ਨੇ ਜੀ ਉਹ ਜਨਾਬ ਬੀਜ ਖਿਲਾਰ ਰਹੇ ਨੇ ਜੀ ਗੱਲਾਂ ਮਾ ਇਹ ਚੈੱਕ ਕਰੋ ਜੀ ये मास्टर ने जी बीज खिलारने दे जी यार आदा कमाल वेखो जी किड्डा मोछा जनाब जी अमलंगा ऐ जी साईं साहब ने जी हार गए मार गए हैं लो जी साडा भी काम कमल हो गया जी पांच मन दा जनाब मोछा साई हरां लियांदा जनाब चुक के जी जनाब काम हो गया मुकम्मल ते हो रह गया जनाब पट वाला जी ए हुण पट फिरे दी इहदे उत्ते एंजी होएगा जी जिस तरह गरमाला मारे आंदा इहदे उत्ते प्लस्तर कीते आंदा जी जनाब जीव दियां लाइटां बाल के ते पी खिलारिया जा रहा वेखो जनाब चेक कर एक ट्रैक्टर वो खलोते है जी क्या है जी टायर पेंचर हो गए जी ए वाह भरन लगे हैं जी आ मशीन का ठीक नहीं हो गया बनिया भी पैनिया शुरू हो गई ने टाइम भी काफी ज्यादा हो गया जी जी वेख सकते हो तुम कुछ इस तरह की जमीन दिसन लग पी है जी ऐसी वेख सकते हो हुण सिर्फ और सिर्फ ए उत्ते बनिया पैन दियां जमीन दे उत्ते खाल बने दा जी पानी वास्ते बस यही काम रह गया जी हुण बाकी अलहमदुलिल्लाह जिहड़ी कणक गंदम ये बीज घती है जी ते हुण तकरीबन सत्त तो अठ दिन तो बाद जिहड़ी ये उंगर के बाहर आवेगी जी पता लग जाएगा कितें कितें होई है ते कितें कितें नहीं ते चलो इस वीडियो दे नाल जनाब अपनियां दुआवां च याद रखियो ते अज दी वीडियो करने आ जी खत्म मुनू दियो इजाजत अल्लाह ताला तुहानू तुहाडी फैमिली नू तुहाड्या दोस्तां नू तुहाड्या बच्चियां नू अल्लाह ताला अपने इस्तेमान विच रखे ते इंशाअल्लाह ताला मिलने आ जी किसी नैक्सट वीडियो दे नाल जी इंशाअल्लाह ते जिन्हां भाईआं ने चैनल नू सबसक्राइब नहीं कीता काइंडली उह चैनल नू सबसक्राइब करन और बैल का बटन प्रैस करन जी ओके जी अल्लाह हाफिज़ जी।